ਜਿਹੜਾ ਫੈਸਲਾ ਹੋਇਆ ਸਹਿਮਤ ਤੋਂ ਨਾ ਬਾਈ ਸਹਿਮਤ ਨਹੀਂ ਬਾਈ ਇਹ ਬਾਈ ਕੋਈ ਕਲੀਅਰ ਨਹੀਂ ਗਿਆ 10 ਤਰੀਕ ਕਦੋਂ ਆਈ ਤੁਸੀਂ ਕਹਿ ਰਹੇ ਹੋ ਹੁਣੇ ਛੱਡਣਾ ਚਾਹੀਦਾ ਹਾਂ ਹੁਣੇ ਛੱਡਣਾ ਚਾਹੀਦਾ ਹੁਣ ਛੱਡਣ ਦਾ ਹੱਕ ਸੀ ਇਹਨਾਂ ਨੇ ਆਪਣਾ ਝੋਟੇ ਵਾਲੀ ਗੱਲ ਹੋਊ ਜੀ ਝੋਟਿਆਂ ਨੂੰ 3 ਮਹੀਨੇ ਅੱਗੇ ਆਈ ਲਿਆਇਆ ਸੀ ਇਹਨਾਂ ਨੇ ਬੜਾ ਧੱਕਾ ਕਰਿਆ ਯਾਰ ਇਹਦਾ ਟੋਪੀ ਪਾਤੀ ਯਾਰ ਇਹਨਾਂ ਨੇ ਯਾਰ ਵੀ 10 ਤਰੀਕ ਨੂੰ ਇਹਨਾਂ ਛੱਡਾਂਗੇ 6 ਦਿਨ ਹੋਰ ਟੋਰਚਰ ਕਰਨਗੇ ਹੁਣ ਜਿਹੜਾ ਹੁਣ ਬਦਲਾ ਲੈਣਾ ਉਹ 6 ਦਿਨਾਂ 'ਚ ਲੈਣਗੇ ਜੇ 10 ਤਰੀਕ ਤੱਕ ਨਾ ਛੱਡਿਆ ਅਸੀਂ ਤਾਂ ਧੱਕੇ ਨਾਲ ਵੀ ਛੁਡਾਵਾਂਗੇ ਫਿਰ ਵੱਡਾ ਕੰਮ ਦੱਬ ਕੇ ਰੱਖਣਾ ਅਸੀਂ ਛੱਡਦੇ ਨਹੀਂ ਹੈਗੇ ਕਲੀਅਰ ਨਹੀਂ ਗਿਆ 10 ਤਰੀਕ ਕਦੋਂ ਆਈ 13 ਫਰਵਰੀ ਨੂੰ ਦਿੱਲੀ ਜਾਣਾ ਬਾਈ ਉਹਦੇ ਬਾਅਦ ਉਲਝਾ ਰਹੇ ਆ ਸਾਰੀ ਗੱਲ ਨੂੰ ਹੁਣੀ ਨਿਬੇੜਨੀ ਚਾਹੀਦੀ ਹੈ ਹੁਣੇ ਗੱਲ ਬਾਈ 10 ਤਰੀਕ ਨੂੰ ਆਜੂਗਾ ਜੇ ਨਾ ਆਏ ਤਾਂ ਫਿਰ ਆ ਜਾਏਗੇ ਇਹਦਾ ਜਾਉਂਦੇ ਆ ਬਾਈ ਗੱਲ ਨੂੰ ਅਸੀਂ ਸੰਗਰੂ ਜ਼ਿਲ੍ਹੇ ਦੇ ਹਾਂ ਅਸੀਂ ਨਹੀਂ ਇਹ ਕਰਿਆ ਅਸੀਂ ਇਹਨੂੰ ਗਾਹ ਨੂੰ ਉਟਾ ਲਾਂਗੇ ਇਹਦਾ ਸਾਡੀਆਂ ਨੇ ਮਿੱਟੀ ਦੇ ਢੇਰੇ ਨੇ ਸਾਡੀਆਂ ਅਸੀਂ ਤਾਂ ਗਾਹ ਉਟਾ ਲਾਂਗੇ ਅੱਜ ਤੱਕ ਸੰਗਰੂਰ ਦੇ ਵਿੱਚ ਹੈਗੇ ਭਗਵੰਤ ਮਾਨ ਇਸ ਤੋਂ ਬਾਅਦ ਦੁਬਾਰਾ ਦਿੱਲੀ ਵੀ ਜਾਵਾਂਗੇ ਜਿੱਥੇ ਬੈਠਾ ਉੱਥੇ ਜਾਵਾਂਗੇ ਬਾਈ ਕਿਵੇਂ ਹੋ ਜਿਹੜਾ ਫੈਸਲਾ ਹੋਇਆ ਸਹਿਮਤ ਤੋਂ ਨਾ ਬਾਈ ਸਹਿਮਤ ਨਹੀਂ ਨਾ ਤਾਂ ਬਾਈ ਇਹ ਬਾਈ ਕੋਈ ਕਲੀਅਰ ਨਹੀਂ ਗਿਆ 10 ਤਰੀਕ ਕਦੋਂ ਆਈ 13 ਫਰਵਰੀ ਨੂੰ ਦਿੱਲੀ ਜਾਣਾ ਬਾਈ ਉਹਦੇ ਬਾਅਦ ਉਲਝਾ ਰਹੇ ਆ ਸਾਰੀ ਗੱਲ ਨੂੰ ਹੁਣੀ ਨਿਬੇੜਨੀ ਚਾਹੀਦੀ ਹੈ ਹੁਣੇ ਗੱਲ ਬਾਈ ਤੁਸੀਂ ਕਹਿ ਰਹੇ ਹੋ ਵੀ ਹੁਣੇ ਛੱਡਣਾ ਚਾਹੀਦਾ ਹਾਂ ਹੁਣੇ ਛੱਡਣਾ ਚਾਹੀਦਾ ਹੁਣੇ ਹੱਕ ਜੀ ਹੁਣ ਛੱਡਣ ਦਾ ਹੱਕ ਜੀ ਇਹਨਾਂ ਨੇ ਆਪਣਾ ਝੋਟੇ ਵਾਲੀ ਗੱਲ ਹੋਊ ਜੀ ਝੋਟਿਆਂ ਨੂੰ 3 ਮਹੀਨੇ ਅੱਗੇ ਆਈ ਲਿਆਇਆ ਸੀ ਇਹਨਾਂ ਨੇ ਉਹ ਬਾਹਰ ਭੱਗ ਗਏ ਜੀ ਕਿਹਨੇ ਪਰਚਾ ਵਾਪਸ ਲਿੱਤਾ ਉਹ ਫਲਾਨੀ ਤਰੀਕ ਨੂੰ ਆਉਣਗੇ 23 ਤਰੀਕ ਨੂੰ ਆਉਣਗੇ ਇਹ ਸਾਰੀਆਂ ਗੱਲਾਂ ਇਹਨਾਂ ਦੀ ਇਹ ਆ ਜੀ ਸਹਿਮਤ ਨਹੀਂ ਜਿਹੜਾ ਫੈਸਲਾ ਲਿਆ ਗਿਆ ਅਸੀਂ ਸਹਿਮਤ ਨਹੀਂ 10 ਤਰੀਕ ਨੂੰ ਛੱਡਣਗੇ ਸਾਨੂੰ ਸਹਿਮਤ ਕੋਈ ਵਿਸ਼ਵਾਸ ਨਹੀਂ ਸਾਨੂੰ ਪੁਲਿਸ ਤੇ ਸਹਿਮਤ ਤੋਂ ਜਿਹੜਾ ਫੈਸਲਾ ਹੋਇਆ 10 ਤਰੀਕ ਵਾਲਾ ਸਹਿਮਤ ਦਾ ਨਹੀਂ ਫੈਸਲੇ ਤੇ ਚਲੋ ਜਥੇਬੰਦੀਆਂ ਜੋ ਵੀ ਸਮਾਂ ਮੰਗਣਾ ਕਹਿਣਾ ਪੈਂਦਾ ਉਹ ਮੰਨਣੀ ਪੈਂਦੀ ਆ ਵਿਸ਼ਵਾਸ ਦਾ ਕਰਨਾ ਪੈਂਦਾ ਬਸ਼ਾ ਬੜਾ ਧੱਕਾ ਕਰਿਆ ਯਾਰ ਇਹਦਾ ਟੋਪੀ ਪਾਤੀ ਯਾਰ ਇਹਨਾਂ ਨੇ ਯਾਰ ਵੀ 10 ਤਰੀਕ ਨੂੰ ਇਹਨਾਂ ਛੱਡਾਂਗੇ ਯਾਰ ਸਿੱਧੀ ਗੱਲ ਮੁਕਾਉਂਦੇ ਯਾਰ ਸਾਰੇ ਜਣੇ ਅਸੀਂ ਬੈਠੇ ਹਾਂ ਠੀਕ ਹੈ ਨਾ ਇਹਦਾ ਟੋਪੀਆਂ ਪਾਈ ਜਿਵੇਂ ਮਤਲਬ ਤੁਸੀਂ ਇੰਨੀ ਦੂਰੋਂ ਦੂਰੋਂ ਆਏ ਹੋ ਇੱਥੇ ਇੰਨਾ ਇਕੱਠ ਹੈ ਲੱਗਦਾ ਵੀ ਦੁਬਾਰਾ ਹੋਊਗਾ ਜੇ ਲੋੜ ਪੈ ਗਈ ਯਾਰ ਲੋੜ ਹੋ ਵੀ ਸਕਦਾ ਵੀਰੇ ਕੋਈ ਵੱਡੀ ਗੱਲ ਨਹੀਂ ਇਹੋ ਜਿਹੀ ਗੱਲ ਨਹੀਂ ਯਾਰ ਹਾਂ ਅੱਜ ਹਰਾ ਹੋਇਆ ਬਾਈ ਅੱਜ ਅਸੀਂ ਚਾਹੁੰਦੇ ਸੀਗੇ ਵੀ ਅੱਜ ਹੀ ਖਤਮ ਕਰ ਦੇਣ ਇਹ ਧੱਕਾ ਹੀ ਆ ਯਾਰ ਕਿਵੇਂ ਹੋ ਬਾਈ ਕੀ ਲੱਗਦਾ ਵੀ ਹੁਣੇ ਛੱਡਣਾ ਚਾਹੀਦਾ ਹਾਂ ਬਾਈ ਛੱਡਣਾ ਹੁਣੇ ਚਾਹੀਦਾ 10 ਤਰੀਕ ਵਾਲਾ ਜਿਹੜਾ ਫੈਸਲਾ ਉਹ ਕਿਵੇਂ ਉਹ ਗਲਤ ਆ ਵੀਰੇ ਕਿਵੇਂ ਬਾਈ ਤੁਸੀਂ ਕਿਵੇਂ ਕਹਿੰਦੇ ਹੋ ਗਲਤ ਆ ਵੀਰੇ ਫੈਸਲਾ ਹੁਣੇ ਛੱਡਣਾ ਚਾਹੀਦਾ ਹੁਣੇ ਛੱਡਣਾ ਚਾਹੀਦਾ ਬਾਈ ਉਹ ਤਾਂ ਕਹਿ ਰਿਹਾ ਕਿ 10 ਤਰੀਕ ਨੂੰ ਆਜੂਗਾ ਜੇ ਨਾ ਆਏ ਤਾਂ ਫਿਰ ਆ ਜਾਏਗੇ ਇਹਦਾ ਅਲਝਾਉਂਦੇ ਆ ਬਾਈ ਗੱਲ ਨੂੰ ਲੰਮਾ ਕਰਦੇ ਆ ਕੰਮ ਨੂੰ ਤਾਂ ਹੋਰ ਵੀ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿ ਜਿਹੜਾ ਫੈਸਲਾ ਲਿਆ ਗਿਆ ਉਹਦੇ ਨਾਲ ਸਹਿਮਤ ਨੇ ਜਾਂ ਕਿਵੇਂ ਆ ਇੱਥੇ ਦੇਖ ਰਹੇ ਹੋ ਕਿ ਭੀੜ ਬਹੁਤ ਆ ਇੱਥੇ ਨੌਜਵਾਨ ਬਹੁਤ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ ਬਾਈ ਜਿਹੜਾ ਫੈਸਲਾ ਹੋਇਆ 10 ਤਰੀਕ ਨੂੰ ਛੱਡਣਾ ਸਹਿਮਤ ਉਹਦੇ ਨਾਲ ਹਾਂਜੀ ਹਾਂ ਬਾਈ ਜੀ ਸਹਿਮਤ ਆ ਜੀ ਬਿਲਕੁਲ ਸਹਿਮਤ ਆ ਜੀ ਉਦੋਂ ਛੱਡਣਾ ਕਿ ਹੁਣੇ ਛੱਡਣਾ ਚਾਹੀਦਾ ਨਹੀਂ ਉਸ ਦਿਨ ਵੀ ਚਲੋ ਜਿਵੇਂ ਭਾਈ ਸਾਹਿਬ ਹੋਰਾਂ ਨੇ ਕੀਤਾ ਜੀ ਬਹੁਤ ਵਧੀਆ ਕੀਤਾ ਹਾਂਜੀ ਹਾਂ ਚਲੋ ਸਾਰੇ ਜਿਵੇਂ ਹਾਂ ਜਥੇਬੰਦੀਆਂ ਨਾਲ ਲੱਖਾ ਸਦਾਣਾ ਬਾਈ ਨਾਲ ਸਹਿਮਤ ਆ ਜੀ ਬਿਲਕੁਲ ਬਾਈ ਕਿਵੇਂ ਹੋ ਸਹਿਮਤ ਹੋ 10 ਤਰੀਕ ਨੂੰ ਛੱਡਣਾ ਜਿਹੜਾ ਕਹਿੰਦੇ ਆ ਬਾਈ ਕੀ ਸਰ ਕੀ ਛੱਡਣਾ ਚਾਹੀਦਾ ਕੀ ਪਤਾ ਹੁਣ ਛੱਡਣਾ ਜੀ ਹਾਂ ਛੱਡਣਾ 10 ਨੂੰ ਕਿਉਂ ਨਹੀਂ ਕਿਵੇਂ ਭਰਾ ਸਹਿਮਤ ਹੋ ਜਿਹੜਾ ਕਹਿੰਦੇ 10 ਤਰੀਕ ਨੂੰ ਛੱਡਣਾ ਬਾਈ ਜਿਵੇਂ ਸਾਡੇ ਬਾਈ ਨੇ ਲੱਖੇ ਨੇ ਫੈਸਲਾ ਕਰਤਾ ਉਹਨਾਂ ਸਹਿਮਤਾਂ ਠੀਕ ਹੈ ਨਾ ਜਿਵੇਂ ਲੱਖੇ ਨੇ ਫੈਸਲਾ ਕਰਤਾ ਉਹਨਾਂ ਸਹਿਮਤਾਂ ਸਾਰੇ ਜੁਣਿਆਂ ਨੇ ਸਹਿਮਤ ਨੇ ਅਸੀਂ ਨਾਲ ਹਾਂ ਫੇਰ ਆਵਾਂਗੇ ਵਿਹਲੇ ਹੀ ਹਾਂ ਕੋਈ ਗੱਲ ਨਹੀਂ ਜਿੱਦਾਂ ਫੇਰ ਐਲਾਨ ਹੋ ਗਿਆ ਫੇਰ ਪਹੁੰਚਾਂਗੇ ਬਿਲਕੁਲ ਪਹੁੰਚਾਂਗੇ ਬੈਰੀਗੇਡ ਲਾਣਾ ਉਤਾਰੇ ਹੋਵੇ ਫੇਰ ਪਹੁੰਚਾਂਗੇ ਤੋੜ ਕੇ ਪਹੁੰਚਾਂਗੇ ਨਾਲੇ ਬੈਰੀਗੇਡ ਜਿੰਨੇ ਚਲਾਏ ਸੀ ਨਾ ਇਸ ਤੋਂ ਵੱਧ ਹੋਰ ਲਾ ਲੈਣ ਜੇ ਇਹ ਬਾਈ ਦਿੱਲੀ ਵੀ ਜਾਵਾਂਗੇ ਅੱਜ ਤਾਂ ਸੰਗਰੂਰ ਦੇ ਵਿੱਚ ਹੈ ਨਹੀਂ ਤਾਂ ਭਗਵੰਤ ਮਾਨ ਇਸ ਤੋਂ ਬਾਅਦ ਦੁਬਾਰਾ ਦਿੱਲੀ ਵੀ ਜਾਵਾਂਗੇ ਜਿੱਥੇ ਬੈਠਾ ਉੱਥੇ ਜਾਵਾਂਗੇ ਠੀਕ ਹੈ ਜੀ ਇੱਧਰ ਗੱਲਬਾਤ ਕਰਦੇ ਹਾਂਜੀ ਹਾਂਜੀ ਹਾਂਜੀ
ਕਿਵੇਂ ਬਾਈ ਕੀ ਹੋ ਗਿਆ? ਕੋਈ ਨਹੀਂ, ਇੱਧਰ ਗੱਲਬਾਤ ਹੋਰਾਂ ਦੇ ਨੌਜਵਾਨਾਂ ਨਾਲ ਕਰਦੇ ਹਾਂ ਕਿ ਜਿਹੜਾ ਅੱਜ ਫੈਸਲਾ ਲਿਆ ਗਿਆ ਹੈ ਕਿ 10 ਤਰੀਕ ਨੂੰ ਉਹ ਭਾਨਾ ਸਿੱਧੂ ਨੂੰ ਰਿਹਾਅ ਕੀਤਾ ਜਾਵੇਗਾ, ਉਹਦੇ ਨਾਲ ਸਹਿਮਤ ਨੇ ਜਾਂ ਲੋਕ ਨਹੀਂ, ਤਾਂ ਬਾਈ ਜਿਹੜਾ ਫੈਸਲਾ ਲਿਆ ਵੀ 10 ਤਰੀਕ ਨੂੰ ਛੱਡਣਾ, ਉਹ ਕਿਵੇਂ ਆ ਵੀ ਹੁਣੇ ਛੱਡਣਾ ਚਾਹੀਦਾ ਉਹ ਛੱਡਣਾ ਚਾਹੀਦਾ? ਬਾਈ ਯਾਰ ਜੇ ਤਾਂ ਹੁਣੇ ਛੱਡ ਦੇਣ ਤਾਂ ਬਾਲਾ ਵਧੀਆ ਗੱਲ ਹੈਗੀ, ਅਸੀਂ ਤਾਂ ਕਹਿੰਦੇ ਵੀ ਹੁਣੇ ਛੱਡਣਾ ਚਾਹੀਦਾ ਗਾ, ਮੇਨ ਗੱਲ ਆ ਜਿਹੜੀ, ਜੇ ਮੰਨ ਲਓ ਸਾਡੇ ਵੱਡੇ ਭਾਈ ਇਹਨੇ ਲੱਖੇ ਸਧਾਣੇ ਨੇ ਲਿਆ ਫੈਸਲਾ, ਸਾਡੇ ਵਾਸਤੇ ਕੋਈ ਗਲਤ ਫੈਸਲਾ ਤਾਂ ਇਹਨੇ ਲਿਆ ਨਹੀਂ ਹੋਇਆ, ਅਸੀਂ ਤਾਂ ਕਹਿੰਦੇ ਹਾਂ ਵੀ ਸਹੀ ਫੈਸਲਾ ਲਿਆ ਗਾ, ਜੇ 10 ਤਰੀਕ ਤੱਕ ਨਾ ਛੱਡਿਆ ਅਸੀਂ ਤਾਂ ਧੱਕੇ ਨਾਲ ਵੀ ਛਡਾਵਾਂਗੇ, ਫਿਰ ਮੁਕਦੀ ਗੱਲ ਇਹ ਆਵਾਂਗੇ ਬਾਈ, ਵੱਡਾ ਕੰਮ ਦੱਬ ਕੇ ਰੱਖਣਾ ਅਸੀਂ ਛੱਡਦੇ ਨਹੀਂ ਹੈਗੇ, ਅਸੀਂ ਤਾਂ ਆਪਣੇ ਜਿਹੜੇ ਰਿਹਾਈ ਕਰਾਉਣੇ ਨੇ ਸਿੰਘ ਉਹ ਵੀ ਕਰਵਾਵਾਂਗੇ ਬਾਈ, ਬੰਦੀ ਸਿੰਘ ਵੀ ਰਿਹਾਈ ਕਰਵਾਵਾਂਗੇ। ਕਿਵੇਂ ਹੋ ਬਾਈ? ਜਿਹੜਾ ਮਤਲਬ ਨਹੀਂ ਵੀ ਹੁਣ ਛੱਡਣਾ ਚਾਹੀਦਾ ਕਿ 10 ਤਰੀਕ ਨੂੰ? ਹੁਣ ਛੱਡਣਾ ਚਾਹੀਦਾ, ਹੁਣ ਛੱਡਣਾ ਚਾਹੀਦਾ। 10 ਤਰੀਕ ਦਾ ਕੀ ਮਤਲਬ ਹੋ ਗਿਆ ਇਹਨਾਂ ਦਾ? ਮਤਲਬ ਕਿ ਲੰਬਾ ਉਹਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ, ਇਹੀ ਮਕਸਦ ਹੋ ਸਕਦਾ। ਇੰਨਾ ਇਕੱਠ ਹੋਇਆ ਅੱਜ ਵੀ, ਅੱਜ ਆਏ ਹੋਏ ਆ ਸਾਰੇ ਹਨਾ ਤੜਕੇ ਦੇ, ਵੀ ਹੁਣੇ ਛੱਡ ਦੇਣ ਉਹ? ਹਾਂਜੀ ਵੀਰੇ ਹੁਣੇ ਛੱਡਣਾ ਜਾਂ ਸਵੇਰੇ ਛੱਡ ਦੇਣ ਉਹ ਵੀ ਬਹੁਤ ਧੰਨਵਾਦ ਹੈ, ਪਰ ਇਹਨਾਂ ਨੂੰ ਇੰਨੇ ਦਿਨ ਕਿਉਂ ਪਾਇਆ? ਕੀ ਲੱਗਦਾ ਜਿਹੜੇ 4-5 ਦਿਨ ਪਰੇਸ਼ਾਨ ਕਰਨਾ ਵੀਰੇ? ਇੱਕ ਹੋਰ ਤੁਸੀਂ ਗੱਲ ਦੇਖੋ, ਸਾਡਾ ਬੰਦਾ ਗੱਡੀ ਚਲਾ ਕੇ ਆ ਰਿਹਾ ਸੀ ਤੇ ਉਹਨੂੰ ਕਹਿੰਦੇ ਦਮਾਲਾ ਤਾਰ, ਇਹ ਕੀ ਗੱਲ ਬਣੀ ਪੁਲਿਸ ਵਾਲਿਆਂ ਦੀ? ਇਹ ਗੱਲਾਂ ਕਹਿੰਦੇ ਨੇ ਇਹ ਯਾਰ, ਸਾਡਾ ਉੱਥੇ ਅਸੀਂ ਮੋਟਰਸਾਈਕਲ ਤੇ ਆ ਰਹੇ ਸੀਗੇ ਵੀਰੇ, ਅਕਾਲੀ ਹੋਏ ਕਾਂਗਰਸੀ ਹੋਏ ਅੱਜ ਤੱਕ ਪੱਗਾਂ ਤਾਂ ਨਹੀਂ ਲਈਆਂ, ਇਹਨਾਂ ਨੇ ਪੱਗਾਂ ਵੀ ਲਹਾਤੀਆਂ ਯਾਰ ਵੀਰੇ। ਜਿਹੜੇ ਇਹਨਾਂ ਨੇ ਹੁਣ 6 ਦਿਨ ਮੰਗੇ ਉਹਦਾ ਕਾਰਨ ਕੀ ਲੱਗਦਾ ਵੀ ਕਿਉਂ ਪਰੇਸ਼ਾਨ? ਟੋਰਚਰ 6 ਦਿਨ ਹੋਰ ਟੋਰਚਰ ਕਰਨਗੇ, ਹੁਣ ਜਿਹੜਾ ਹੁਣ ਬਦਲਾ ਲੈਣਾ ਉਹ 6 ਦਿਨਾਂ 'ਚ ਲੈਣਗੇ। ਮੇਰੀ ਗੱਲ ਸੁਣੋ, ਉਹਨਾਂ ਦੀ ਆਪਣੀ ਮੀਟਿੰਗ ਹੋਈ ਜਾਣ ਵਾਲੇ, 10 ਤਰੀਕ ਤੱਕ ਦਾ ਟਾਈਮ ਲਿਆ, ਉਦੋਂ ਫੇਰ ਆ ਜਾਵਾਂਗੇ ਵੀਰੇ। ਕੋਈ ਨਹੀਂ, 5 ਸਾਲ, 5 ਸਾਲ ਬਾਅਦ ਕਿਹੜਾ ਕੋਈ ਹੋਰ ਨਹੀਂ ਹੋਣਾ ਹਨਾ? 5 ਸਾਲ ਤਾਂ ਰਹੇ ਵੀ ਜਿੰਦਾਬਾਦ, ਜਿੰਦਾਬਾਦ ਧੱਕਾ ਕੀਤਾ ਯਾਰ ਨੌਜਵਾਨਾਂ ਨਾਲ। ਬੰਦਿਆਂ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹਨਾਂ ਨੇ ਹੋ ਕਰਿਆ ਲਿਖਤੀ ਰੂਪ ਚ ਲੈ ਲਿਆ ਦੇਤਾ ਉਹਨਾਂ ਨੂੰ। ਹੋਰ ਬਾਈ ਅਸੀਂ ਐਵੇਂ ਵੀ ਕਹਿੰਦੇ ਹਾਂ, ਅਸੀਂ ਯਾਰ ਸਾਡਾ ਬੰਦਾ ਦੇਖ ਕੇ ਤੈਨੂੰ ਬਣਾਇਆ ਤੈਨੂੰ ਬਣਾਇਆ ਸੀ ਵੀ ਪੰਜਾਬ ਦਾ ਮੁੰਡਾ ਤੂੰ ਭਗਵੰਤ ਮਾਨ ਸਿਆ, ਤੈਨੂੰ ਤਾਂ ਬਣਵਾਇਆ ਸੀਗਾ, ਸਾਰੀ ਪੰਜਾਬ ਨੇ ਤੈਨੂੰ ਨਾਲ ਲੱਗ ਕੇ ਰਲ ਕੇ ਜਿਤਿਆਇਆ, ਤੂੰ ਹੋਰ ਤਾਂ ਕੰਮ ਕੀ ਕਰਨੇ ਸੀ, ਤੂੰ ਬੰਦੀ ਸਿੰਘੇ ਰਿਹਾਅ ਕਰਾ ਦਿੰਦਾ ਆਪਣੇ, ਇਹੀ ਗੱਲ ਸੋਚ ਲਾ ਤੂੰ ਮਾੜੀ ਮੋਟੀ। ਤੂੰ ਉਹ ਸਾਲਾ ਸਾਧ ਪਖੰਡੀ, ਉਹ ਰੋਜ਼ ਕਦੇ 50 ਦਿਨਾਂ ਦੀ ਪਰੌਲ, ਕਦੇ 2 ਮਹੀਨਿਆਂ ਦੀ ਪਰੌਲ, ਕਦੇ ਕਿੱਥੋਂ ਦੀ ਪਰੌਲ, ਉਹਨੂੰ ਉਹਦੀ ਪਰੌਲ ਮਿਲ ਜਾਂਦੀ ਆ। ਸਾਡੇ ਬੰਦੀ ਸਿੰਘ ਅੱਜ ਤੱਕ ਨਹੀਂ ਬਾਹਰ ਆ ਸਕੇ, ਅੱਜ ਤੱਕ ਬਾਈ। ਜਿਹੜਾ ਫੈਸਲਾ ਲਿਆ, ਅੱਜ ਵੀ 10 ਤਰੀਕ ਨੂੰ ਛੱਡਣਾ, ਉਹਦੇ ਨਾਲ ਸਹਿਮਤ ਹੋ ਕੇ ਹੁਣੇ ਛੱਡਣਾ ਚਾਹੀਦਾ? ਇਹ ਵੀਰੇ ਹੁਣ ਇਹਨਾਂ ਦਾ ਪ੍ਰੋਸੈਸ ਹੋਇਆ, ਹੁਣ ਪਤਾ ਨਹੀਂ ਕੀ ਗੱਲਬਾਤ ਹੋਈ, ਉਸ ਹਿਸਾਬ ਨਾਲ ਫਿਰ ਕਰਨਗੇ ਮੀਟਿੰਗ ਦੇ ਹਿਸਾਬ ਨਾਲ। ਬਾਈ ਇੱਕ ਵੀ ਉਹ ਚੱਕਣਾ ਹੁੰਦਾ, ਉਦੋਂ ਮਿੰਟ 'ਚ ਚੱਕ ਲੈਂਦੇ ਆ, ਬਿਨਾਂ ਨੋਟਿਸ ਦਿੱਤੇ ਵੀ ਛੱਡ ਕਿਉਂ ਨਹੀਂ ਸਕਦੇ? ਇਹ ਵੀਰੇ ਹੁਣ ਸਰਕਾਰਾਂ ਦਾ ਥੋੜ੍ਹਾ ਜਿਹਾ ਲਟਕਾਉਣਾ ਹੁੰਦਾ ਬੰਦਿਆਂ ਨੂੰ, ਉਸ ਕਰਕੇ ਥੋੜ੍ਹਾ ਬਾਈ ਅਸੀਂ ਆਏ ਹਾਂ ਲੁਧਿਆਣੇ, ਸਾਡੇ ਨਾਲ ਕੀ ਤਸੱਦਦ ਹੋਇਆ? ਪਹਿਲਾਂ ਸਾਨੂੰ ਮਲੇਰਕੋਟਲੇ ਕੁੱਟਿਆ, ਅਸੀਂ 2 ਜਣੇ ਮੋਟਰਸਾਈਕਲ 'ਤੇ ਆਏ ਹਾਂ, ਲੱਤਾਂ ਡਾਂਗਾਂ ਮਾਰੀਆਂ, ਸਾਡਾ ਮੋਟਰਸਾਈਕਲ ਫੜ ਲਿਆ ਤਾਂ ਫਿਰ ਛੱਡਤਾ, ਫਿਰ ਅੱਗੇ ਗਏ ਅੱਗੇ ਮੋੜਤਾ, ਫਿਰ ਖੇਤਾਂ 'ਚ ਮੋਟਰਸਾਈਕਲ ਰੋੜ ਕੇ ਫਿਰ ਇੱਥੇ ਪਹੁੰਚ ਹੀ ਗਏ, ਜਾਣੀ ਥੋੜ੍ਹਾ ਜਿਹਾ ਜਨੂੰਨ ਸੀਗਾ ਅਸੀਂ ਪਹੁੰਚ ਗਏ। ਆਮ ਲੋਕਾਂ ਦੀ ਸਰਕਾਰ ਲੱਗਦੀ ਆਮ ਲੋਕਾਂ ਨਹੀਂ ਵੀਰੇ, ਆਮ ਲੋਕਾਂ ਪ੍ਰਾਈਵੇਟ ਮਸਲਾ ਹੈ ਵੀ ਇਹਨਾਂ ਨੇ 3 ਚੱਕ ਲਈ, ਵੀ 3 ਚੱਕ ਕਰਕੇ ਇਹਨਾਂ ਨੇ 7-10 ਦਿਨ ਮੰਗ ਲਏ ਵੀ ਅਸੀਂ ਉਹਨੂੰ ਸਿੱਧਾ ਕਰਾਂਗੇ, ਹਾਂ ਸਿੱਧੇ ਵੇਲੇ ਨੀ ਉਹ ਹੁੰਦਾ ਇਹਨਾਂ ਤੋਂ ਸਿੱਧਾ, ਤਾਂ ਫਿਰ ਹੁਣ ਇਹਦਾ ਬੇਅੰਤ ਵਾਂਗੂ ਕਰਦਾ ਗੱਲਾਂ ਸਾਰੀਆਂ।
ਨਹੀਂ ਕਿ ਧੋਖਾ ਹੋ ਜਾਏ ਨਾ, ਧੋਖਾ ਨਹੀਂ ਹੋਣ ਸਕਦਾ, ਇਹ ਧੋਖਾ ਕਰੂਗਾ ਫੇਰ ਫਸ ਜੂ। ਹੁਣ ਬਾਕੀ ਆਪਾਂ ਸੰਗਰੂਰ ਜ਼ਿਲ੍ਹੇ ਦੇ, ਤੁਸੀਂ ਤਾਂ ਚਲੋ ਕਿਸੇ ਦੀ ਵੀ ਮਰਜ਼ੀ, ਅਸੀਂ ਸੰਗਰੂਰ ਜ਼ਿਲ੍ਹੇ ਦੇ ਹਾਂ, ਅਸੀਂ ਨਹੀਂ ਇਹ ਕਰਿਆ, ਅਸੀਂ ਇਹਨੂੰ ਗਾਹ ਨੂੰ ਢਾ ਲਾਂਗੇ। ਇਹਦਾ ਸਾਡੀਆਂ ਨੇ ਮਿੱਟੀ ਦੇ ਢੇਰੇ ਨੇ ਸਾਡੀਆਂ, ਅਸੀਂ ਤਾਂ ਗਾਹ ਨੂੰ ਢਾ ਲਾਂਗੇ। ਹੋਰ ਜ਼ਿਲ੍ਹਾ ਕੋਈ ਢਾਹੇ ਨਾ ਢਾਹੇ, ਅਸੀਂ ਤਾਂ ਸੰਗਰੂਰ ਵਾਲੇ, ਅਸੀਂ ਤਾਂ ਉਹਦੀ ਚੱਕ ਦਿੰਦੇ ਰੇਸ 'ਤੇ। ਇਹਦਾ 24 ਜੀ ਪਤਾ ਲੱਗ ਜੀ।